ਸਤਿ ਸ਼੍ਰੀ ਅਕਾਲ ਦੋਸਤੋ। ਅਤੇ ਜਿਵੇਂ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂਗੇ, ਇੱਕ ਫਰੂਟ ਹੈ ਇਸ ਤਰ੍ਹਾਂ ਦਾ ਜਿਹੜਾ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈਗਾ ਹੁਣ, ਅਤੇ ਜਿਹੜਾ ਕਿ ਨਿੰਬੂ ਦੇ ਹੀ ਪਰਿਵਾਰ ਦੇ ਵਿੱਚੋਂ ਆਉਂਦਾ। ਇਹਦਾ ਨਾਮ ਹੈ ਜੀ ਚਕੋਤਰਾ। ਅਤੇ ਇਸ ਦੇ ਬੂਟੇ ਦੇ ਤੁਸੀਂ ਜਿਹੜੇ ਪੱਤੇ ਆ ਉਹ ਦੇਖ ਹੀ ਸਕਦੇ ਹੋ ਨਾ, ਜਿਸ ਤਰ੍ਹਾਂ ਦਾ ਵੱਡਾ ਫਲ ਹੈ ਇਹ, ਉਸ ਤਰ੍ਹਾਂ ਦੇ ਇਹਦੇ ਵੱਡੇ ਵੱਡੇ ਪੱਤੇ ਹੁੰਦੇ ਨੇਗੇ। ਅਤੇ ਇਹ ਨਿੰਬੂ ਵਾਲੀ ਫੈਮਿਲੀ ਜੋ ਗਲਗਲ ਵਾਲੀ ਫੈਮਿਲੀ ਦੇ ਵਿੱਚੋਂ ਆਉਂਦਾ ਗਾ, ਅਤੇ ਚਕੋਤਰਾ ਇਹਨਾਂ ਦਾ ਨਾਮ ਹੈਗਾ। ਅਤੇ ਇਹਦਾ ਇੱਕ ਜਿਹੜਾ ਸਭ ਤੋਂ ਵੱਡਾ ਫਾਇਦਾ ਗਾ ਉਹ ਲਿਵਰ ਵਾਸਤੇ ਹੁੰਦਾ। ਜੇ ਕਿਸੇ ਦਾ ਲਿਵਰ ਖਤਮ ਹੋ ਚੁੱਕਿਆ ਜਾਂ ਫਿਰ ਤੁਹਾਨੂੰ ਫੈਟੀ ਲਿਵਰ ਰਹਿੰਦਾ ਜਾਂ ਕੋਈ ਹੋਰ ਦਿੱਕਤਾਂ ਰਹਿੰਦੀਆਂ ਲਿਵਰ ਦੇ ਨਾਲ ਰਿਲੇਟਡ, ਤਾਂ ਤੁਸੀਂ ਚਕੋਤਰੇ ਦਾ ਜੂਸ ਹਫ਼ਤੇ ਦੇ ਵਿੱਚ 2 ਵਾਰ ਲੈ ਸਕਦੇ ਹੋ, ਕਿਉਂਕਿ ਇਸ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ, ਪੋਟਾਸ਼ੀਅਮ ਹੁੰਦਾ, ਮੈਗਨੀਸ਼ੀਅਮ ਹੁੰਦਾ ਅਤੇ ਫਾਈਬਰ, ਇਹੋ ਜਿਹੇ ਤੱਤ ਬਹੁਤ ਵਧੀਆ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ, ਜਿਹੜੇ ਕਿ ਆਪਣੇ ਇਮਿਊਨਿਟੀ ਸਿਸਟਮ ਨੂੰ ਹੋਰ ਵਧੀਆ ਕਰਨ ਵਿੱਚ ਮਤਲਬ ਮਹੱਤਤਾ ਰੱਖਦੇ ਨੇਗੇ। ਇੱਕ ਚੀਜ਼ ਹੋਰ ਹੈ ਇਹਦੇ ਵਿੱਚ, ਬਲੱਡ ਸ਼ੂਗਰ ਨੂੰ ਕਾਬੂ ਰੱਖਣ ਵਾਸਤੇ ਬਹੁਤ ਵਧੀਆ ਮਤਲਬ ਇਹ ਸਹਾਇਕ ਹੁੰਦਾ ਗਾ। ਅਤੇ ਜੇਕਰ ਚਕੋਤਰਾ ਮੰਨ ਲਓ ਤੁਸੀਂ ਲਗਾਉਣਾ ਗਾ ਤਾਂ 1.5 ਤੋਂ 2 ਸਾਲ ਦੇ ਵਿੱਚ ਵਿੱਚ ਤੁਹਾਨੂੰ ਇਹ ਫਲ ਦੇਣ ਲੱਗ ਜਾਂਦਾ ਗਾ, ਅਤੇ ਫਲ ਤੁਸੀਂ ਦੇਖ ਸਕਦੇ ਹੋਗੇ ਇਹਦੇ, ਬਹੁਤ ਵਧੀਆ ਫਲ ਲੱਗਦਾ ਗਾ, ਠੀਕ ਹੈ ਜੀ। ਅਤੇ ਜੇਕਰ ਆਪਾਂ ਮਾਰਕੀਟ ਦੇ ਵਿੱਚ ਇਹ ਫਲ ਲੈਣ ਜਾਂਦੇ ਹਾਂਗੇ ਤਾਂ ਬਹੁਤ ਮਹਿੰਗਾ ਪੈਂਦਾ ਗਾ, ਕਿਉਂਕਿ ਇੱਕ ਫਲ ਦੀ ਜਿਹੜਾ ਵੇਟ ਹੈਗਾ ਉਹ ਘੱਟੋ ਘੱਟ 1.5 ਕਿਲੋ 2 ਕਿਲੋ ਹੋ ਜਾਂਦਾ ਗਾ। ਜਿਵੇਂ ਹੁਣ ਆਪਣੇ ਘਰ ਲੱਗਿਆ ਹੋਇਆ ਜਿਹੜਾ ਇਹ ਤੁਸੀਂ ਦੇਖ ਸਕਦੇ ਹੋਗੇ, ਇਹਦੇ ਵਿੱਚ ਹੈ ਨਾ ਫਰੂਟ ਬਹੁਤ ਵਧੀਆ ਫਰੂਟ ਆ ਰਹੇ ਨੇਗੇ। ਅਤੇ ਆਪਾਂ ਚਾਹੁੰਦੇ ਵੀ ਹਰੇਕ ਦੇ ਘਰ ਵਿੱਚ ਇਹ ਫਰੂਟ ਹੋਵੇ ਤਾਂ ਇਹ ਬਹੁਤ ਚੰਗਾ ਗਾ। ਉਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ। ਅਤੇ ਜੇਕਰ ਤੁਸੀਂ ਇਹ ਫਰੂਟ ਲਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਲੱਗਿਆ ਹੋਇਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਜਾਣਕਾਰੀ ਦਿਓ। ਜੇ ਕਿਸੇ ਨੂੰ ਸਾਡੇ ਤੋਂ ਵੱਧ ਜਾਣਕਾਰੀ ਹੈਗੀ ਹੈ, ਕੋਈ ਚੰਗੀ ਗੱਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ। ਵਜ਼ਨ ਘਟਾਉਣ ਵਾਲਿਆਂ ਵਾਸਤੇ ਤਾਂ ਇਹ ਬਹੁਤ ਵਧੀਆ ਲਾਭਦਾਇਕ ਫਰੂਟ ਹੈਗਾ। ਜਿਹੜੇ ਬੰਦੇ ਨੇ ਵਜ਼ਨ ਘਟਾਉਣਾ ਗਾ ਜਾਂ ਫੀਮੇਲਸ ਨੇਗੀਆਂ ਜਿਨ੍ਹਾਂ ਨੇ ਵਜ਼ਨ ਘਟਾਉਣਾ ਗਾ, ਉਹ ਇਹਦਾ ਸੇਵਨ ਤੁਸੀਂ ਕਰ ਸਕਦੇ ਹੋਗੇ। ਸ਼ੂਗਰ ਵਾਲੇ ਬੰਦੇ ਕਰ ਸਕਦੇ ਨੇਗੇ, ਅਤੇ ਜਿਨ੍ਹਾਂ ਨੂੰ ਮਤਲਬ ਫੈਟੀ ਲੀਵਰ ਵਗੈਰਾ ਦੀ ਦਿੱਕਤ ਆਉਂਦੀ ਰਹਿੰਦੀ ਆ, ਉਹ ਤੁਸੀਂ ਇਸ ਫਰੂਟ ਨੂੰ ਲਾਜ਼ਮੀ ਟਰਾਈ ਕਰ ਸਕਦੇ ਹੋਗੇ। ਫਰੂਟ ਦਾ ਆਪਾਂ ਤੁਹਾਨੂੰ ਪੌਦਾ ਵੀ ਦਿਖਾ ਦਿੱਤਾ ਅਤੇ ਪਲੱਸ ਆਪਾਂ ਤੁਹਾਨੂੰ ਫਰੂਟ ਵੀ ਦਿਖਾ ਦਿੱਤਾ। ਇਹ ਥੋੜ੍ਹੇ ਜਿਹੇ ਪੀਲੇਪਣ 'ਚ ਵੀ ਹੁੰਦੇ ਨੇਗੇ, ਕਿਉਂਕਿ 2 ਤਰ੍ਹਾਂ ਦੀ ਵਰਾਇਟੀ ਜਿਹੜੀ ਮੈਂ ਦੇਖੀ ਹੈ ਕਿ ਮੇਨ ਇਹ ਉੱਤਰਾਖੰਡ ਦੀ ਵਰਾਇਟੀ ਹੈ ਜੀ, ਅਤੇ ਜਿਹੜੀ ਕਿ ਉੱਤਰਾਖੰਡ ਦੇ ਵਿੱਚ ਮੇਨ ਚਕੋਤਰੇ ਦਾ ਜਿਹੜਾ ਫਲ ਹੈ ਉਹ ਲੱਗਦਾ ਹੈ।